ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਨਹੀਂ ਖਾਉਂਦਾ ਹੋਵੇਗਾ ਹਿੰਦੂ ਗਊ, ਪਰ ਪਰਾਇਆ ਹੱਕ ਖਾ ਰਿਹਾ ਤੂੰ ਗਊ ਵੀ ਖਾ ਰਿਹਾ। ਨਹੀਂ ਖਾਂਦਾ ਹੋਵੇਗਾ ਮੁਸਲਮਾਨ ਸੂਰ, ਪਰ ਪਰਾਇਆ ਹੱਕ ਖਾ ਰਿਹਾ ਤਾਂ ਸੂਰ ਹੀ ਖਾ ਰਿਹਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇੱਕ ਦੇਸ਼ ਦੂਜੇ ਦੇਸ਼ ਦਾ ਹੱਕ ਮਾਰ ਜਾਂਦਾ ਹੈ, ਬੜੇ ਵੱਡੇ ਵੱਡੇ ਦੇਸ਼ ਜੋ ਛੋਟੇ ਦੇਸ਼ਾਂ ਦਾ ਹੱਕ ਖੋਹ ਲੈਂਦਾ ਹੈ। ਸਾਰੀ ਦੁਨੀਆ 'ਚ ਇਸ ਤਰ੍ਹਾਂ ਚੱਲਦਾ ਹੈ, ਵੱਡੀਆਂ ਕੌਮਾਂ ਛੋਟੀ ਕੌਮਾਂ ਦਾ ਹੱਕ ਖੋਹ ਲੈਂਦੀਆਂ ਨੇ, ਵੱਡੇ ਮਨੁੱਖ ਛੋਟੇ ਮਨੁੱਖਾਂ ਦਾ ਹੱਕ ਖੋਹ ਲੈਂਦੇ ਨੇ। ਸੂਰ ਖਾਂਦੇ ਨੇ ਜਾਂ ਗਊ ਖਾਂਦੇ ਨੇ, ਉਰ ਕੀ ਹੈ ਅਗਰ ਇਸ ਹਿਸਾਬ ਨਾਲ ਲਓਗੇ ਤੇ। ਸੂਰ ਖਾਂਦੇ ਨੇ ਗਊ ਖਾਂਦੇ ਨੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਗੁਰੂ ਪੀਰ ਹਾਮੀ ਭਰ ਸਕਦਾ ਅਗਰ ਮੁਰਦਾਰ ਨਾ ਖਾਵੇ, ਤਾਂ ਮੁਰਦਾਰ ਕੀ ਹੈ? ਹਿੰਦੂ ਲਈ ਗਊ ਖਾਣਾ, ਮੁਸਲਮਾਨ ਲਈ ਸੂਰ ਖਾਣਾ, ਪਰਾਇਆ ਹੱਕ ਮੁਰਦਾਰ ਹੈ, ਮੁਰਦਾ ਹੈ, ਇਹ ਤਾਂ ਮੁਰਦਾ ਖਾਣਾ ਹੈ। ਔਖੇ ਨਾ ਹੋਣਾ, ਬਗੌਰ ਗਹਿਰਾਈ ਨਾਲ ਦੇਖੋਗੇ, ਵੱਡੇ ਵੱਡੇ ਦੇਸ਼ ਛੋਟੇ ਦੇਸ਼ਾਂ ਨੂੰ ਖਾ ਰਹੇ ਨੇ, ਮੁਰਦੇ ਖਾ ਰਹੇ ਨੇ, ਵੱਡੀਆਂ ਵੱਡੀਆਂ ਕੌਮਾਂ ਛੋਟੀਆਂ ਕੌਮਾਂ ਦਾ ਹੱਕ ਮਾਰ ਜਾਂਦੀਆਂ ਨੇ, ਵੱਡੇ ਵੱਡੇ ਮਨੁੱਖ ਛੋਟੇ ਮਨੁੱਖਾਂ ਦਾ ਹੱਕ ਮਾਰ ਜਾਂਦੇ ਨੇ। ਜਦ ਕਿਸੇ ਦਾ ਹੱਕ ਮਾਰ ਲਿਆ ਤਾਂ ਮੁਰਦਾਰ ਹੀ ਖਾਦਾ, ਔਰ ਕੀ ਖਾਦਾ। ਇਸੇ ਨੂੰ ਹਰਾਮ ਕਹਿੰਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਮਹਾਰਾਜ ਕਹਿੰਦੇ ਨੇ, ਬੜੇ ਨੇ, ਇਤਨੀ ਵੱਡੀ ਸਿਆਣਪ ਹੈ, ਖਾਂਦੇ ਵੀ ਹਰਾਮ ਨੇ, ਅਗਲੇ ਨੂੰ ਕੱਖ ਵੀ ਨਹੀਂ ਪਤਾ ਚੱਲਦਾ, ਖਾਂਦੇ ਵੀ ਮੁਰਦਾਰ ਨੇ, ਅਗਲਿਆਂ ਨੂੰ ਕੁਛ ਵੀ ਨਹੀਂ ਪਤਾ ਚੱਲਦਾ। ਇਤਨੀ ਦ੍ਰਿਸ਼ਟੀ ਤੇ ਹੈ, ਅੰਧੇਰੇ 'ਚ ਵੇਖ ਸਕਦੇ ਨੇ, ਰੋਸ਼ਨੀ 'ਚ ਨਹੀਂ ਵੇਖ ਸਕਦੇ। ਤੇ ਜੋ ਅੰਧੇਰੇ 'ਚ ਵੇਖ ਸਕਦਾ ਹੈ, ਰੋਸ਼ਨੀ 'ਚ ਨਹੀਂ ਵੇਖ ਸਕਦਾ, ਗੋਗੂ ਹੈ ਔਰ ਕੋਈ ਕੀ ਹੈ, ਗੋਗੂ ਹੈ। ਸੰਪਤ ਦੌਲ ਝੋਲ ਸੰਗ ਝੋਲਤ, ਮਾਇਆ ਮਗਨ ਫਿਰਤ ਗੋਗਨਾ। ਸਤਿਗੁਰ ਨੇ ਉਸ ਪ੍ਰਸ਼ਨਕਰਤਾ ਨੂੰ ਚੁੱਪ ਕਰਾ ਦਿੱਤਾ ਸੀ ਜਿਸ ਨੇ ਕਿਹਾ ਸੀ, ਮਹਾਰਾਜ ਸ਼ਬਦ ਸਾਰਿਆਂ ਦੇ ਹਿਰਦਿਆਂ ਨੂੰ ਰੋਸ਼ਨੀ ਨਹੀਂ ਦਿੰਦਾ, ਸੂਰਜ ਦਿੰਦਾ ਹੈ। ਸੂਰਜ ਸਾਰਿਆਂ ਲਈ ਬਾਰ ਚਾਨਣਾ ਕਰ ਦਿੰਦਾ ਹੈ, ਗੁਰੂ ਦਾ ਸ਼ਬਦ ਸਾਰਿਆਂ ਦੇ ਹਿਰਦੇ 'ਚ ਪ੍ਰਕਾਸ਼ ਨਹੀਂ ਕਰਦਾ। ਫਿਰ ਇਹ ਕਰੋੜਾਂ ਸੂਰਜਾਂ ਵਰਗਾ ਕਿਸ ਤਰ੍ਹਾਂ ਹੋਇਆ? ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਹੱਥ ਜੋੜ ਕੇ ਮੈਂ ਮਾਫੀ ਮੰਗਾ। ਗੁੱਗੂ ਥੋੜੇ ਨੇ, ਬਹੁਤ ਜ਼ਿਆਦਾ ਨਹੀਂ ਨੇ, ਪੰਛੀਆਂ ਦੇ ਵਿੱਚ ਪਸ਼ੂਆਂ ਦੇ ਵਿੱਚ ਉਹ ਥੋੜੇ ਜਿਹਾ ਨੇ, ਜਿਹਨਾਂ ਨੂੰ ਰਾਤ ਦੀ ਤਾਰੀਕੀ ਦੇ ਵਿੱਚ ਦਿਖਾਈ ਦਿੰਦਾ ਹੈ, ਦਿਨ ਦੇ ਚਾਨਣੇ 'ਚ ਨਹੀਂ ਦਿਖਾਈ ਦਿੰਦਾ। ਮਨੁੱਖੀ ਦੁਨੀਆ 'ਚ ਇਹ ਗੁੱਗੂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਝੂਠ ਦੇ 'ਚ ਤੇਰਾ ਸਾਉਂਦਾ ਹੈ, ਸੱਚ ਦੇ 'ਚ ਕੋਈ ਨਹੀਂ। ਗੰਦੇ ਗੀਤਾਂ ਦੇ 'ਚ ਤੇਰਾ ਸਾਉਂਦਾ ਹੈ, ਸ਼ਬਦ ਵਿੱਚ ਕੋਈ ਨਹੀਂ। ਦਿਖੇ ਨਾਦ ਦੇ 'ਚ ਤੇਰਾ ਸਾਉਂਦਾ ਹੈ, ਰੱਬੀ ਸੰਗੀਤ ਵਿੱਚ ਕੋਈ ਨਹੀਂ। ਇਹਨਾਂ ਦਾ ਤਾਲਮੇਲ ਰਾਤ ਨਾਲ ਬੈਠਦਾ ਹੈ, ਦਿਨ ਨਾਲ ਨਹੀਂ।
ਤੇ ਕਿਉਂਕਿ ਰਾਤ ਨਾਲ ਤਾਲ ਬੈਠਦਾ ਹੈ ਤਾਂ ਇਹਨਾਂ ਨੇ ਸਾਧਨ ਵੀ ਉਸ ਤਰ੍ਹਾਂ ਦੇ ਬਣਾਏ ਨੇ, ਕਲੱਬ ਨੇ, ਥੀਏਟਰ ਨੇ, ਸ਼ਰਾਬਖਾਨੇ ਨੇ, ਵੈਸ਼ਿਹਾਲੇ ਨੇ, ਜੂਏ ਖਾਨੇ ਨੇ, ਸਭ ਰਾਤ ਨੂੰ ਖੁੱਲਦੇ ਨੇ। ਇਹਨਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਇਹਨਾਂ ਦੀ ਰੌਣਕ ਰਾਤ ਦੀ ਹੈ, ਦਿਨ ਦੀ ਨਹੀਂ ਹੈ। ਲੋਸ ਏਂਜਲਸ ਵਿੱਚ ਇੱਕ ਸੱਜਣ ਮੈਨੂੰ ਕਹਿਣ ਲੱਗਾ, ਉੱਥੇ ਵੀ ਕਿਧਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮਨਾਮਾ ਆਇਆ ਸੀ ਤੇ ਉਸ ਦਿਨ ਕਿਧਰੇ ਹੁਕਮਨਾਮੇ ਦੀ ਕਥਾ ਕਰਨੀ ਸੀ। ਇਤਵਾਰ ਦਾ ਦਿਨ ਸੀ। ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਾਲੇ ਵਨ। ਪਹਿਲੇ ਪਾਤਸ਼ਾਹ ਜੀ ਦਾ ਵਾਕ ਹੈ। ਸੂਰਜ ਦਿਨ ਚਿੱਟਾ ਚੜ੍ਹਿਆ ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਨੇ ਕੋਈ ਚਿੱਟੀਆਂ ਨਹੀਂ ਹੋਈਆਂ। ਰਾਤ ਕਾਲੀ ਬੋਲੀ ਹੈ, ਬੜੀ ਭਿਅੰਕਰ ਮੱਸਿਆ ਦੀ ਰਾਤ, ਪਰ ਚਿੱਟੀਆਂ ਚੀਜ਼ਾਂ ਤੇ ਚਿੱਟੀਆਂ ਨੇ ਕੋਈ ਕਾਲੀਆਂ ਨਹੀਂ ਹੋਈਆਂ। ਮਹਾਰਾਜ ਕਹਿੰਦੇ ਨੇ ਕਰੋੜਾਂ ਵੀ ਦੁਸ਼ਟ ਮਿਲ ਜਾਣ, ਸੰਤ ਆਪਣੀ ਸੱਜਣਤਾ ਹੀ ਨਹੀਂ ਛੱਡਦਾ, ਭਾਵੇਂ ਕਿਤਨੀ ਮੱਸਿਆ ਦੀ ਰਾਤ ਹੋ ਜਾਏ, ਕਿਤਨੀ ਕਾਲਕ ਹੋ ਜਾਏ, ਉਹਦੀ ਚਿਟਿਆਈ ਰਹੇਗੀ। ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ, ਮੱਲਾ ਪਹਿਲਾ, ਸੋਈ ਮੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦਾ ਵਾਕ। ਇਹਨੂੰ ਕਬੀਰ ਆਪਣੇ ਢੰਗ ਨਾਲ ਇੰਜ ਬਿਆਨ ਕਰਦੇ ਨੇ, ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ, ਮਲਿਆਗਰਮ ਹੋਯੰਗਮ ਬੇੜਿਓ ਤੋ ਸੀਤਲਤਾ ਨਾ ਤਜੰਤ। ਇਹਨਾਂ ਇਲਾਕਿਆਂ ਤੇ ਚੰਦਨ ਨਹੀਂ ਹੈ। ਚੰਦਨ ਭਾਰਤ ਵਿੱਚ ਮੈਸੂਰ ਸਟੇਟ ਵਿੱਚ ਬਹੁਤ ਜ਼ਿਆਦਾ, ਕਰਨਾਟਕ ਵਿੱਚ ਥੋੜਾ ਜਿਹਾ, ਤਮਿਲਨਾਡ ਵਿੱਚ ਵੀ ਹੈ ਪਰ ਜ਼ਿਆਦਾ ਕਰਨਾਟਕ ਵਿੱਚ ਹੈ। ਥੋੜਾ ਥੋੜਾ ਆਂਧਰਾ ਚ ਵੀ ਮਿਲਦਾ ਹੈ, ਮੱਧ ਭਾਰਤ ਵਿੱਚ ਵੀ ਮਿਲਦਾ ਹੈ, ਪਰ ਅੱਛੀ ਨਸਲ ਦਾ ਜਿਹੜਾ ਚੰਦਨ ਹੈ, 52 ਚੰਦਨ, ਉਹ ਕਰਨਾਟਕ ਵਿੱਚ ਹੈ, ਬੜਾ ਕੀਮਤੀ। ਅਕਸਰ ਜਦ ਚੰਦਨ ਦੇ ਲੱਕੜ ਦੀ ਕਟਾਈ ਆਉਂਦੀ ਹੈ ਤੇ ਫਿਰ ਮੋਰ ਛੱਡੇ ਜਾਂਦੇ ਨੇ, ਕਿਉਂ? ਚੰਦਨ ਨੂੰ ਸੱਪ ਲਿਪਟੇ ਹੁੰਦੇ ਨੇ, ਕੋਬਰੇ, ਫਨੀਗਰ ਨਾਕ। ਚੰਦਨ ਬੜਾ ਸੀਤਲ ਹੈ, ਚੰਦਨ ਬਹੁਤ ਠੰਡਾ ਹੈ, ਤੇ ਸੱਪ ਦੇ ਸਿਰ ਦੇ ਜਿਹੜੀ ਜ਼ਹਿਰ ਆਉਂਦੀ ਹੈ, ਅਗਰ ਵੱਧ ਜਾਏ ਸੀਮਾ ਤੋਂ ਫਿਰ ਖੋਲਦੀ ਹੈ। ਅਗਰ ਉਸਨੂੰ ਕੋਈ ਜਾਨਦਾਰ ਚੀਜ਼, ਜਾਨਦਾਰ ਜੀਵ ਨਾ ਮਿਲੇ, ਹੋ ਸਕਦਾ ਪੱਥਰ ਨੂੰ ਵੀ ਡੰਗ ਮਾਰੇਗਾ ਜ਼ਹਿਰ ਕੱਢਣ ਲਈ, ਕਿਉਂਕਿ ਸਿਰ ਉਸਦਾ ਖੋਲਦਾ ਹੈ। ਉਹ ਦਰਖਤ ਨੂੰ ਵੀ ਡੰਗ ਮਾਰ ਸਕਦਾ ਹੈ। ਕੁਛ ਤੇ ਕਹਿੰਦੇ ਨੇ ਉਹੀ ਪੱਥਰ ਸੰਖੀਆ ਬਣ ਜਾਂਦਾ ਹੈ ਜਿਹਨੂੰ ਫਨੀਅਰ ਨਾਗ ਡੰਗ ਮਾਰਦਾ ਹੈ। ਭਾਰਤ ਵਿੱਚ ਤੇ ਇਸ ਤਰ੍ਹਾਂ ਮੰਨਦੇ ਨੇ, ਵੈਦ ਲੋਕ ਉਹਨੂੰ ਸੰਖੀਆ ਕਹਿੰਦੇ ਨੇ। ਇਹ ਸੱਪ ਚੰਦਨ ਨੂੰ ਲਿਪਟੇ ਹੁੰਦੇ ਨੇ, ਚੰਦਨ ਠੰਡਾ ਬੜਾ ਹੈ, ਉਹਨਾਂ ਦੇ ਸਿਰ ਨੂੰ ਠੰਡ ਮਿਲਦੀ ਹੈ। ਅਕਸਰ ਉੱਥੇ ਮੋਰ ਛੱਡਦੇ ਨੇ ਤੇ ਮੋਰ ਸੱਪਾਂ ਨੂੰ ਖਾ ਜਾਂਦਾ ਹੈ, ਮੋਰ ਸੱਪਾਂ ਤੇ ਹਮਲਾ ਕਰਦਾ ਹੈ, ਤੇ ਸੱਪ ਡੰਗ ਮਾਰਨ ਵਿੱਚ ਮੋਰ ਨੂੰ ਸਫਲ ਨਹੀਂ ਆਉਂਦਾ, ਕਿਉਂਕਿ ਉਸਦੇ ਐਸੇ ਪੰਖ ਨੇ, ਉਹਨੂੰ ਕੋਈ ਚੋਟ ਤੇ ਹਾਨੀ ਨਹੀਂ ਪਹੁੰਚਦੀ। ਅਕਸਰ ਸੱਪ ਨੱਸਦੇ ਨੇ, ਭੱਜਦੇ ਨੇ ਮੋਰਾਂ ਨੂੰ ਵੇਖ ਕੇ। ਭਗਤ ਕਬੀਰ ਕਹਿੰਦੇ ਨੇ ਸੈਂਕੜੇ ਸੱਪ ਲਿਪਟੇ ਨੇ ਚੰਦਨ ਨੂੰ, ਕਿ ਚੰਦਨ ਜ਼ਹਿਰੀਲਾ ਹੋ ਜਾਂਦਾ ਹੈ,
ਤੇ ਚੰਦਨ ਕੋਈ ਗਰਮ ਹੋ ਜਾਂਦਾ ਹੈ? ਨਹੀਂ, ਚੰਦਨ ਸੁਗੰਧ ਤੇ ਠੰਡ ਸੱਪਾਂ ਨੂੰ ਵੀ ਦਿੰਦਾ। ਸੰਤ ਤੇ ਉਹ ਹੈ ਜਿਹਦੀ ਮਹਿਫਿਲ ਵਿੱਚ ਬੈਠ ਕੇ ਕੋਈ ਚੋਰ ਵੀ ਸ਼ਾਂਤ ਹੋ ਜਾਏ। ਇਤਨੀ ਮਿਹਰਸ ਕਰਦੇ ਹਾਂ। ਮੈਂ ਪੜ੍ਹ ਰਿਹਾ ਸੀ ਇੱਕ ਸੂਫੀ ਫਕੀਰ ਦੀ ਗਾਥਾ, ਹਸਨ ਦੀ। ਰਾਤ ਦਾ ਵਕਤ, ਅੱਧੀ ਰਾਤ ਦਾ, ਈਰਾਨ ਦੀ ਗੱਲ। ਈਰਾਨ ਠੰਡਾ ਦੇਸ਼, ਬਰਫਾਂ ਪੈਂਦੀਆਂ। ਚੋਰ ਕਿਤੇ ਹਸਨ ਦੀ ਕੁਟੀਆ ਵਿੱਚ ਵੜ ਗਿਆ। ਹਸਨ ਲੇਟਿਆ ਹੋਇਆ ਸੀ ਉੱਪਰ ਕੰਬਲ। ਦਇਆ ਆ ਗਈ, ਇਸ ਚੋਰ ਨੂੰ ਮੇਰੇ ਘਰ ਚੋਂ ਕੁਛ ਨਹੀਂ ਮਿਲੇਗਾ, ਖਾਲੀ ਜਾਏਗਾ। ਅੱਧੀ ਰਾਤ ਨੂੰ ਆਇਆ, ਠੰਡ ਦੇ ਵਿੱਚ ਆਇਆ ਵਿਚਾਰਾ, ਖਾਲੀ ਜਾਏਗਾ। ਕਦੀ ਕਿਸੇ ਸੰਤ ਨੇ ਚੋਰ ਨੂੰ ਨਹੀਂ ਮਾਰਿਆ, ਚੋਰਾਂ ਨੇ ਚੋਰ ਨੂੰ ਮਾਰਿਆ। ਬਗੌਰ ਮੁਤਾਲਾ ਕਰਨਾ। ਕਦੀ ਕਿਸੇ ਸੰਤ ਨੇ ਦੁਸ਼ਟ ਨੂੰ ਨਹੀਂ ਮਾਰਿਆ, ਦੁਸ਼ਟਾਂ ਨੇ ਹੀ ਦੁਸ਼ਟ ਨੂੰ ਮਾਰਿਆ। ਕਦੀ ਬਗੌਰ ਮੁਤਾਲਾ ਕਰਨਾ। ਜੈਸੇ ਉਹ ਦੇਖਦਾ, ਚੋਰ ਦੀ ਅੱਖਾਂ ਰਾਤ ਨਾਲ ਤਾਲਮੇਲ ਬਿਠਾ ਲੈਂਦੀਆਂ, ਕਿਉਂਕਿ ਉਹਦੀ ਜ਼ਿੰਦਗੀ ਰਾਤ ਦੀ ਹੈ। ਸਹਿਜੇ ਸਹਿਜੇ ਉਸਨੂੰ ਰਾਤ ਵਿੱਚ ਦਿਖਾਈ ਦੇਣ ਲੱਗ ਪੈਂਦਾ, ਅੰਧੇਰੇ 'ਚ ਦਿਖਾਈ ਦੇਣ ਲੱਗ ਪੈਂਦਾ। ਉਹਨੇ ਦੇਖਿਆ ਕੁਛ ਨਹੀਂ ਹੈ। ਜਾਣ ਲੱਗਿਆ ਹਸਨ ਨੇ ਆਵਾਜ਼ ਮਾਰੀ, ਮਿੱਤਰਾ ਹੋਰ ਤੇ ਮੇਰੇ ਕੋਲ ਕੁਛ ਨਹੀਂ, ਇਹ ਮੇਰੇ ਕੋਲ ਕੰਬਲ ਹੈ, ਤੇਰੇ ਕੋਲ ਕੰਬਲ ਵੀ ਕੋਈ ਨਹੀਂ, ਬਾਹਰ ਠੰਡ ਬੜੀ ਹੈ, ਇਹ ਲੈ ਜਾ, ਹੋਰ ਆਪਣੇ ਕੋਲ ਕੁਛ ਵੀ ਨਹੀਂ, ਇਹ ਲੈ ਜਾ, ਖਾਲੀ ਨਾ ਜਾ, ਮੇਰੀ ਤੋਹੀਨ ਨਾ ਕਰ। ਮੇਰੀ ਕੁਟੀਆ ਚੋਂ, ਮੇਰੇ ਘਰ ਆਉਂਦਾ ਹੀ ਨਹੀਂ ਕੋਈ, ਤੂੰ ਆਇਆ ਔਰ ਅੱਧੀ ਰਾਤ ਨੂੰ ਆਇਆ, ਖਾਲੀ ਜਾ ਰਿਹਾ, ਮੈਨੂੰ ਦੁੱਖ ਹੈ, ਮੇਰਾ ਹਿਰਦਾ ਤੜਪਦਾ, ਮੇਰੇ ਤੇ ਤਰਸ ਖਾ, ਮੇਰੇ ਹਿਰਦੇ ਨੂੰ ਤੜਪਾ ਨਾ, ਇਹ ਲੈ ਜਾ ਕੰਬਲ। ਚੋਰ ਦੀ ਸਾਰੀ ਚੋਰੀ ਨਿਕਲ ਗਈ। ਪਤਾ ਹੈ ਉਸ ਚੋਰ ਨੇ ਕੀ ਆਖਿਆ? ਜ਼ਿੰਦਗੀ ਚ ਪਹਿਲੀ ਦਫਾ ਕਿਸੇ ਅਮੀਰ ਦਾ ਘਰ ਲੱਭਿਆ, ਆਇਆ ਤੇ ਮੈਂ ਲੁੱਟਣ ਸੀ, ਮੈਂ ਖੁਦ ਲੁੱਟਿਆ ਗਿਆ। ਉਹ ਚੋਰ ਫਕੀਰ ਹੋ ਗਿਆ ਹਸਨ ਦੀ ਸੰਗਤ ਨਾਲ, ਹਾਲਾਂਕਿ ਉਸਨੂੰ ਚੋਰ ਤੇ ਵੀ ਤਰਸ ਆ ਰਿਹਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਿਤਨੀ ਕਾਲੀ ਰਾਤ ਹੋਵੇ, ਚਿੱਟੀਆਂ ਚੀਜ਼ਾਂ ਤੇ ਚਿੱਟੀਆਂ ਹੀ ਰਹਿੰਦੀਆਂ ਨੇ, ਕੋਈ ਕਾਲੀਆਂ ਥੋੜੀਆਂ ਹੋ ਜਾਂਦੀਆਂ ਨੇ। ਔਰ ਕਿਤਨਾ ਹੀ ਚਿੱਟਾ ਦਿਨ ਤਪਿਆ ਹੋਵੇ, ਚਾਰੋਂ ਪਾਸੇ ਉਸਨੇ ਰੋਸ਼ਨੀ ਚਿਟਿਆਈ ਫੈਲਾਈ ਹੋਵੇ, ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਰਹਿੰਦੀਆਂ ਨੇ। ਪੰਕਤੀ ਮੈਂ ਤੁਹਾਨੂੰ ਫਿਰ ਸੁਣਾਵਾਂ। ਰਾਤੀ ਹੋਵਨ ਕਾਲੀਆਂ, ਸੁੱਪੇ ਦਾ ਸੇਵਨ, ਦੇਹੋ ਬੱਗਾ ਤੱਪੇ ਘਣਾ, ਕਾਲਿਆਂ ਕਾਲੇਵਨ। ਕਿਤਨਾ ਵੀ ਸੂਰਜ ਚਾਨਣਾ ਕਰੇ,
ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ। ਕਿਤਨੀ ਰਾਤ ਕਾਲਖ ਵੰਡੇ, ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ। ਇਹ ਜੋ ਕਹਿੰਦੇ ਨੇ ਮਾਹੌਲ ਠੀਕ ਨਹੀਂ, ਕੀ ਕਰੀਏ, ਮਾਹੌਲ ਜ਼ਰਾ ਠੀਕ ਹੋ ਜਾਏ ਫਿਰ ਅਸੀਂ ਠੀਕ ਹੋ ਜਾਵਾਂਗੇ, ਸਭ ਬਹਾਨੇ ਬਾਜ਼ੀਆਂ ਨੇ। ਅੰਧੇਰੀ ਰਾਤ ਵਿੱਚ ਵੀ ਚਿੱਟੀਆਂ ਚੀਜ਼ਾਂ ਚਿੱਟੀਆਂ ਰਹਿੰਦੀਆਂ ਨੇ। ਕਿਤਨਾ ਹੀ ਮਾਹੌਲ ਖਰਾਬ ਹੋਵੇ, ਮਾਹੌਲ ਤੇ ਪ੍ਰਹਿਲਾਦ ਦਾ ਵੀ ਠੀਕ ਨਹੀਂ ਸੀ, ਪਿਓ ਵੈਰੀ ਹੈ ਤੇ ਜੇਲ੍ਹ ਦੇ ਚ ਪਾਇਆ ਹੋਇਆ ਤੇ ਚਾਰ ਚਾਰ ਦਿਨ ਦਾ ਭੁੱਖਾ, ਉਹ ਜੇਲ੍ਹ ਵਿੱਚ ਵੀ ਸਮਾਧੀ ਲਾ ਲੈਂਦਾ, ਅਸੀਂ ਘਰ ਦੇ ਚ ਵੀ ਨਹੀਂ ਲਾ ਸਕਦੇ। ਉਹ ਚਾਰ ਦਿਨ ਦਾ ਭੁੱਖਾ ਹੈ ਸੁਰਤ ਸ਼ਬਦ ਨਾਲ ਜੋੜ ਲੈਂਦਾ, ਇੱਥੇ ਭਰ ਪੇਟ ਵੀ ਮਨੁੱਖ ਨਹੀਂ ਜੁੜਦਾ। ਉੱਥੇ ਪਿਓ ਜਾਨ ਦਾ ਵੈਰੀ ਹੈ ਫਿਰ ਵੀ ਉਹ ਪ੍ਰਭੂ ਨਾਲ ਜੁੜਿਆ ਹੋਇਆ ਹੈ, ਇੱਥੇ ਮਾਂ ਬਾਪ ਦਾ ਲਾਡ ਮੌਜੂਦ ਹੈ, ਸਭ ਕੁਛ ਮੌਜੂਦ ਹੈ ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਹੈ। ਮਾਹੌਲ ਤੇ ਪ੍ਰਹਿਲਾਦ ਦਾ ਵੀ ਠੀਕ ਨਹੀਂ ਹੈ, ਮਾਹੌਲ ਰਾਮ ਦਾ ਵੀ ਠੀਕ ਨਹੀਂ ਹੈ, ਬਨਵਾਸ ਹੈ। ਰਾਤ ਰੁੱਖਾਂ ਤਲੇ ਕੱਟਣਾ ਹੁੰਦਾ, ਦਿਨ ਨੂੰ ਕਿਧਰੇ ਭੋਜਨ ਨਸੀਬ ਹੋਵੇਗਾ ਕਿ ਨਹੀਂ, ਕਿ ਕੰਧ ਮੂਲ ਖਾ ਕੇ ਗੁਜ਼ਾਰਾ ਕਰਨਾ ਹੋਵੇਗਾ ਜ਼ਿੰਦਗੀ ਤੇ, ਕੁਛ ਵੀ ਨਹੀਂ, ਮਾਹੌਲ ਤੇ ਠੀਕ ਨਹੀਂ ਹੈ। ਲੇਕਿਨ ਉਹ ਜਿੱਥੇ ਵੀ ਨੇ ਜੰਗਲ ਵਿੱਚ ਵੀ ਮੰਗਲ ਹੈ। ਮਾਹੌਲ ਕ੍ਰਿਸ਼ਨ ਦਾ ਵੀ ਠੀਕ ਨਹੀਂ ਹੈ, ਰਾਜ ਘਰਾਨੇ ਦਾ ਲੜਕਾ ਹੈ, ਪਾਲਦੇ ਗੁੱਜਰ ਪਏ ਨੇ, ਗਵਾਲੇ ਪਏ ਪਾਲਦੇ ਨੇ। ਸ਼ਾਹੀ ਖਾਨਦਾਨ ਦਾ ਲੜਕਾ ਗਵਾਲੇ ਪਏ ਪਾਲਦੇ ਨੇ। ਇਹ ਸਭ ਬਹਾਨੇਬਾਜ਼ੀਆਂ ਨੇ, ਜ਼ਰਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਵੀ ਛਕ ਲਵਾਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਇਹ ਕਲਗੀਧਰ ਪਾਤਸ਼ਾਹ ਸੀ ਤੇਰੀ ਰਹਿਤ ਬਹਿਤ ਵੀ ਰੱਖ ਲਿਆਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਅੰਮ੍ਰਿਤ ਵੇਲੇ ਵੀ ਉੱਠਾਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਨਾਮ ਵੀ ਜਪਾਂਗੇ। ਸਭ ਬਹਾਨੇਬਾਜ਼ੀਆਂ ਨੇ, ਮਾਹੌਲ ਕਦੀ ਠੀਕ ਨਹੀਂ ਹੁੰਦਾ, ਕੁਛ ਨਾ ਕੁਛ ਤੇ ਗੜਬੜ ਰਹਿੰਦੀ ਹੈ, ਸਾਰੀ ਜ਼ਿੰਦਗੀ ਰਹਿੰਦੀ ਹੈ, ਕੁਛ ਨਾ ਕੁਛ ਤੇ ਹੁੰਦਾ। ਸਾਗਰ ਲਹਿਰਾਂ ਤੋਂ ਬਿਨਾਂ ਨਹੀਂ ਆਉਂਦਾ, ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾਂ ਨਹੀਂ ਆਉਂਦੀ, ਕੁਛ ਨਾ ਕੁਛ ਤੇ ਸਮੱਸਿਆ ਰਹੇਗੀ। ਮਾਹੌਲ ਗੁਰੂ ਨਾਨਕ ਦਾ ਵੀ ਠੀਕ ਨਹੀਂ, ਪਿਤਾ ਮਖੱਟੂ ਕਹਿੰਦਾ ਹੈ, ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ, ਇੱਕੋ ਹੀ ਪੁੱਤਰ ਹੈ ਮੇਰਾ, ਸੁਦਾਈ ਹੈ, ਸੁਦਾਈ ਹੈ। ਬੇਦੀ ਕਹਿੰਦੇ ਨੇ ਪੋਤਨਾ ਬੇਤਾਲਾ ਹੈ, ਬੇਦੀ ਹੁੰਦੇ ਹੋਇਆਂ ਜਨੇਊ ਨਹੀਂ ਪਹਿਨਦਾ, ਬੇਦੀ ਹੁੰਦਿਆਂ ਹੋਇਆਂ ਵੇਦਾਂ ਤੇ ਸ਼ਰਧਾ ਨਹੀਂ ਰੱਖਦਾ, ਬੇਦੀ ਹੁੰਦਿਆਂ ਹੋਇਆਂ ਵੇਦ ਨਹੀਂ ਪੜ੍ਹਦਾ, ਬੇਦੀਆਂ ਦੇ ਘਰ ਜਨਮ। ਬ੍ਰਾਹਮਣ ਵੀ ਕਹਿੰਦੇ ਨੇ ਕੁਰਾਈ ਹੈ, ਬੋਤਨਾ ਬੇਤਾਲਾ ਹੈ। ਬਗਦਾਦ ਦੇ ਚ ਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ, ਮਾਹੌਲ ਤੇ ਠੀਕ ਨਹੀਂ ਹੈ, ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਹੈ। ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ, ਵੱਡਾ ਭਿਰਾਵ ਪ੍ਰਿਥੀ ਚੰਦ ਵੈਰੀ ਹੈ, ਜਾਨ ਦਾ ਵੈਰੀ ਹੈ। ਮਸੰਦ ਉਸਨੇ ਸਾਰੇ ਬਾਗੀ ਕਰ ਲਏ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ, ਅੰਨ ਲੁੱਟ ਲਿਆ, ਧਨ ਲੁੱਟ ਲਿਆ, ਬਸਤਰ ਲੁੱਟ ਲਏ, ਸਾਰਾ ਸਾਜ਼ੋ ਸਮਾਨ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਵਿੱਚ ਕੋਈ ਸੰਗਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ। ਹੁੰਦੇ ਨੇ ਇਸ ਤਰ੍ਹਾਂ ਦੇ ਲੋਕ,
ਗੁਰੂ ਤੱਕ ਕੋਈ ਨਾ ਪਹੁੰਚੇ। ਔਰ ਇਸ ਤਰ੍ਹਾਂ ਦੇ ਵੀ ਲੋਕ ਆਉਂਦੇ ਨੇ, ਗੁਰੂ ਸਾਡੇ ਤੱਕ ਨਾ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ, ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਦਾ ਘਰ ਗੁਰੂ ਲਈ ਬੰਦ, ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਉਣ ਦਿੱਤਾ ਮਸੰਦਾ ਨੇ। ਪਤਾ ਸਤਿਗੁਰ ਬਾਹਰ ਬੈਠੇ, ਥੜਾ ਸਾਹਿਬ ਗੁਰਦੁਆਰਾ ਅੱਜ ਵੀ ਮੌਜੂਦ ਹੈ, ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ, ਤੁਸੀਂ ਨਹੀਂ ਜਾ ਸਕਦੇ। ਜਦ ਸੱਚ ਆ ਜਾਏ ਨਾ, ਤਾਂ ਫਿਰ ਝੂਠਿਆਂ ਨੂੰ ਕੌਣ ਪੁੱਛੇਗਾ? ਤੂੰ ਝੂਠੇ ਨੂੰ ਇਹ ਡਰ ਹੁੰਦਾ, ਸੱਚ ਆਵੇ ਹੀ ਨਾ, ਆਵੇ ਹੀ ਨਾ। ਕਰੀਬਨ ਕਰੀਬਨ ਇਸ ਤਰ੍ਹਾਂ ਦੇ ਲੋਕ, ਇੰਝ ਕਹਿ ਲਓ ਚਰਚ ਦੇ ਚੋਂ, ਮਸਜਿਦ ਦੇ ਚੋਂ, ਮੰਦਰਾਂ ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ। ਖੁਦਾ ਤੋਂ ਬਿਨਾਂ ਚਰਚ ਦੀ ਪੂਜਾ ਕਰਦੇ ਨੇ, ਭਗਵਾਨ ਤੋਂ ਬਿਨਾਂ ਮੰਦਰਾਂ ਦੇ ਚ ਪੂਜਾ ਚੱਲਦੀ ਹੈ। ਬਗੌਰ ਮਤਾਲਾ ਕਰਨਾ ਐਸਾ ਹੁੰਦਾ ਹੈ, ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ? ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ? ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ? ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ, ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ, ਖੁਦਾਵਨ ਤਾਲਾ ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ, ਮੇਰੇ ਪਿੱਛੇ ਲੱਠ ਲੈ ਕੇ ਪਿਆ ਹੈ, ਇਹ ਤੂੰ ਮੇਰੇ ਲਈ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰੇ, ਮੇਰਾ ਪੱਕਾ ਦੁਸ਼ਮਣ, ਤੁਸੀਂ ਇਸ ਨੂੰ ਰੋਕੋ, ਮੇਰੇ ਨਾਲ ਦੁਸ਼ਮਣੀ ਨਾ ਕਰੇ, ਮੈਨੂੰ ਟਿਕਣ ਦੇਵੇ। ਕਹਾਣੀਕਾਰ ਸ਼ੇਖ ਸਾਦੀ ਲਿਖਦਾ, ਖੁਦਾ ਨੇ ਸੂਰਜ ਨੂੰ ਤਲਬ ਕੀਤਾ, ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ, ਬੜਾ ਰੋਇਆ ਬੜਾ ਰੋਇਆ, ਤੇਰੀ ਸ਼ਿਕਾਇਤ ਕਰਦਾ ਸੀ, ਤੂੰ ਉਸ ਨਾਲ ਕਿਉਂ ਵੈਰ ਕਮਾਉਂਦਾ, ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ? ਸੂਰਜ ਨੇ ਹੱਥ ਜੋੜ ਕੇ ਆਖਿਆ, ਖੁਦਾਵਨ ਤਾਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ, ਤੇ ਜਿਹਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ, ਮੈਂ ਤੇ ਜਾਣਦਾ ਹੀ ਨਹੀਂ ਉਸਨੂੰ, ਮੈਨੂੰ ਪਤਾ ਹੀ ਕੋਈ ਨਹੀਂ, ਮੈਨੂੰ ਤੇ ਨਾਮ ਧਾਮ ਦਾ ਹੀ ਪਤਾ ਕੋਈ ਨਹੀਂ, ਹੇ ਖੁਦਾ ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ? ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ, ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਦਰਵਾਜ਼ੇ ਬੰਦ ਕਰੋ, ਸੱਚ ਨਹੀਂ ਆਉਣਾ ਚਾਹੀਦਾ, ਹਿਰਦੇ ਦੇ ਦੁਆਰ ਬੰਦ ਕਰੋ, ਸੱਚ ਅੰਦਰ ਨਹੀਂ ਆਉਣਾ ਚਾਹੀਦਾ, ਮੰਦਰ ਦੇ ਦਰਬਾਰ ਬੰਦ ਕਰੋ, ਭਗਵਾਨ ਨਹੀਂ ਆਉਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ, ਇਤਿਹਾਸ ਹੈ। ਸਤਿਗੁਰ ਵਾਪਸ ਜਾਣ ਲੱਗੇ, ਇੱਥੇ ਅੰਮ੍ਰਿਤਸਰ ਦੀਆਂ ਮਾਤਾਵਾਂ ਨੇ ਰੋਕ ਲਿਆ, ਨਹੀਂ ਤੇ ਜਾਣ ਲੱਗੇ ਸਨ, ਉਹਨਾਂ ਨੇ ਨਹੀਂ ਜਾਣ ਦਿੱਤਾ। ਤੋ ਪਤਾ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ? ਸਾਰੇ ਅੰਮ੍ਰਿਤਸਰੀਆਂ ਲਈ ਨਹੀਂ ਨੇ, ਮੈਂ ਅਰਜ਼ ਕਰਾਂ ਭਾਈ ਸੰਤੋਖ ਸਿੰਘ ਜੀ ਦੇ ਬੋਲ, ਇਹ ਮਸੰਦ ਜੋ ਅੰਮ੍ਰਿਤਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸੜੀਏ, ਇਹ ਜੋ ਮਸੰਦ ਨੇ, ਇਹ ਜੋ ਪੁਜਾਰੀ ਤਬਕਾ ਹੈ, ਇਹ ਜੋ ਧਾਰਮਿਕ ਤਬਕਾ ਹੈ, ਇਹ ਤੇ ਤ੍ਰਿਸ਼ਨਾ ਵਿੱਚ ਸੜੇ ਹੋਏ ਨੇ, ਇਹ ਤੇ ਅੰਧੇਰੇ ਦੇ ਜੀਣ ਵਾਲੇ ਨੇ। ਮਾਈਆਂ ਰੱਬ ਰਜਾਈਆਂ, ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸਤਿਗੁਰ ਦੇ ਮੁਖਾਰ ਬਿੰਦ ਤੋਂ ਇਹ ਬੋਲ ਨਿਕਲਿਆ, ਮਾਤਾਵਾਂ ਨੇ ਰੋਕ ਲਿਆ। ਧੰਨ ਗੁਰੂ,
ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਨਹੀਂ ਤੇ ਮਸੰਦਾਂ ਨੇ ਤੇ ਬਾਹਰ ਕੱਢ ਦਿੱਤਾ ਸੀ। ਚਾਰੋਂ ਪਾਸੇ ਮਸੰਦਾਂ ਨੇ ਅੱਜ ਪਹਿਰਾ ਲਾ ਦਿੱਤਾ, ਸੰਗਤ ਗੁਰੂ ਤੱਕ ਨਾ ਪਹੁੰਚਿਆ। ਅੰਨ ਧਨ ਸ਼ਸਤਰ ਸਭ ਕੁਝ ਲੁੱਟ ਲਿਆ। ਪ੍ਰਿਥੀ ਚੰਦ ਨੇ ਮਾਹੌਲ ਤੇ ਠੀਕ ਨਹੀਂ ਹੈ, ਜਹਾਂਗੀਰ ਵੀ ਵੈਰੀ ਹੈ। ਪ੍ਰਿਥੀ ਚੰਦ ਜੋ ਕੁਛ ਕਰ ਰਿਹਾ ਸੀ ਜਹਾਂਗੀਰ ਦੀ ਤਾਕਤ ਵੀ ਨਾਲ ਸੀ, ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ, ਤਾਕਤ ਵੱਧ ਜਾਏ। ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ 'ਚ ਕੋਈ ਰੁਕਾਵਟ ਖੜੀ ਹੋਵੇ, ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦ ਉਹਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈਂ ਮੀਆਂ ਮੀਰ ਉਹਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ 'ਤੇ ਰੱਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ ਵੀ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦਿਆਂ ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ। ਮੀਆਂ ਮੀਰ ਜੈਸੇ ਝੁਕ ਗਏ ਉੱਥੇ, ਇਹ ਮੈਂ ਹਟਾਉਣਾ। ਪ੍ਰਿਥੀ ਚੰਦ ਨੂੰ ਹੱਥ 'ਚ ਕੀਤਾ। ਪ੍ਰਿਥੀ ਚੰਦ ਪਹਿਲੇ ਵੈਰੀ ਸੀ, ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈ। ਆਦਿ ਕਾਲ ਤੋਂ ਗੁਰੂ ਘਰ ਨੂੰ ਇਸ ਢੰਗ ਨਾਲ ਕਮਜ਼ੋਰ ਕੀਤਾ ਜਾਂਦਾ ਰਿਹਾ। ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਗੌਰ ਮੁਤਾਲਾ ਕਰਨਾ, ਸਭ ਔਰੰਗਜ਼ੇਬ ਦੀ ਸ਼ੈ। ਵਕਤ ਦੀਆਂ ਹਕੂਮਤਾਂ ਨਹੀਂ ਚਾਹੁੰਦੀਆਂ ਆਉਂਦੀਆਂ ਕੋਈ ਸਾਡੀ ਬਰਾਬਰੀ 'ਤੇ ਆ ਜਾਏ, ਮੁਕਾਬਲੇ 'ਤੇ ਆ ਜਾਏ। ਕਹਿੰਦੇ ਨੇ ਸੰਗਤਾਂ ਵਿੱਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ, ਅੱਜ ਦਿਨ ਭਰ ਲੰਗਰ ਨਹੀਂ ਬਣਿਆ, ਪਹਿਰਾ ਰਿਹਾ, ਕੋਈ ਰਸਤ ਪਾਣੀ ਆਈ ਨਹੀਂ। ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਿਥੀ ਚੰਦ, ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ ਘਰ ਟਟੋਲਣਾ ਸ਼ੁਰੂ ਕੀਤਾ, ਮਤਾਂ ਕੁਛ ਲੱਭੇ, ਦੋ ਪ੍ਰਸ਼ਾਦੇ ਤੇ ਬਣਨ ਧੰਨ ਗੁਰੂ ਅਰਜਨ ਦੇਵ ਜੀ ਲਈ। ਅੱਜ ਦਿਨ ਭਰ ਦਾ ਕੁਛ ਵੀ ਅੰਨ ਪਾਣੀ ਨੇ, ਕੁਛ ਵੀ ਅੰਨ ਪਾਣੀ ਨੇ। ਇਹ ਮਹਾਰਾਜ ਦੇ ਸਿਰਫ ਬੋਲ ਹੀ ਨਹੀਂ, ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਆ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਕਿਧਰੇ ਬੇਸਣ ਪਿਆ ਸੀ, ਇਹਦੇ ਦੋ ਪ੍ਰਸ਼ਾਦੇ ਬਣੇ ਮਿੱਟੀ ਦੇ ਤਵੇ ਦੇ, ਔਰ ਮਿੱਟੀ ਦੇ ਠੀਕਰੇ ਦੇ ਚ ਹੀ ਇਹ ਦੋ ਪ੍ਰਸ਼ਾਦੇ ਸਤਿਗੁਰਾਂ ਦੇ ਅੱਗੋਂ ਰੱਖੇ। ਭਾਂਡੇ ਵੀ ਕੋਈ ਨਹੀਂ ਸਨ, ਲੇਕਿਨ ਇਹ ਦੋ ਪ੍ਰਸ਼ਾਦੇ ਅੱਗੋਂ ਰੱਖਦਿਆਂ ਸਾਰ ਚੀਖ ਨਿਕਲ ਗਈ ਜਗਤ ਮਾਤਾ ਗੰਗਾ ਦੇ, ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੀਆਂ, ਜਜ਼ਬਾਤ ਵਿੱਚ ਆ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਮ੍ਰਿਤਮਈ ਬੋਲ, ਅਮਰ ਕਲਾਮ ਜੋ ਆਪ ਦੇ ਕੰਠ ਤੋਂ ਪ੍ਰਗਟ ਹੋਇਆ, ਰੂਖੋ ਭੋਜਨ ਇਕਾਨਵੇਂ ਰਾਗ ਦੇ ਅੰਦਰ ਹੈ। ਕਦੀ ਕਦੀ ਬਾਈ ਕਲਿਆਣ ਸਿੰਘ ਪੜਤਾਲ ਲਗਾਉਂਦੇ ਨੇ ਇਸ ਸ਼ਬਦ ਦੀ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਇਹ ਸਖੀ ਤੂੰ ਰੋ ਨਾ, ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ,
ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਉਹ ਮਹਾਨ ਦਾਤਾ ਹੈ ਉੱਥੇ ਮੇਰੇ ਹਿਰਦੇ 'ਚ ਬੈਠਾ, ਉਹਨੂੰ ਤਾਂ ਲੁੱਟ ਕੇ ਨਹੀਂ ਲੈ ਗਿਆ, ਫਿਰ ਰੋਣਾ ਕਿਹੜੀ ਗੱਲ ਦਾ। ਰੁਖੋ ਭੋਜਨ ਭੋਮ ਸੈਨ ਸਖੀ ਪ੍ਰੇਸੰਗ ਸੁਖ ਬਿਆਤ, ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ। ਮਾਹੌਲ ਬਾਹਰ ਦਾ ਕਿਤਨਾ ਵੀ ਖਰਾਬ ਕਿਉਂ ਨਾ ਹੋਵੇ, ਸੰਤ ਆਪਣਾ ਮਨ ਖਰਾਬ ਨਹੀਂ ਕਰਦਾ। ਇਤਨੀ ਮਹਿਰਸ ਕਰਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਦੇ ਬਹਾਨੇ ਬਾਜ਼ੇ, ਜ਼ਰਾ ਮਾਹੌਲ ਠੀਕ ਨਹੀਂ ਠੀਕ ਹੋ ਜਾਏ ਅੰਮ੍ਰਿਤ ਛੱਕ ਲਵਾਂਗੇ। ਤੂੰ ਮਾਹੌਲ ਠੀਕ ਕਰਦਿਆਂ ਹੀ ਕਰਦਿਆਂ ਆਪਣੀ ਜ਼ਿੰਦਗੀ ਲਗਾ ਬੈਠੇਗਾ, ਕਦੀ ਨਹੀਂ ਛੱਕ ਸਕੇਗਾ। ਮਾਹੌਲ ਕਿਸ ਦਾ ਠੀਕ ਹੋਇਆ? ਕਿਸੇ ਦਾ ਵੀ ਨਹੀਂ ਹੋਇਆ। ਬੜੇ ਬੜੇ ਅਵਤਾਰੀ ਪੁਰਸ਼ਾਂ ਦਾ ਮਾਹੌਲ ਠੀਕ ਨਹੀਂ ਹੋਇਆ ਤੇ ਤੇਰਾ ਕਿੱਥੋਂ ਹੋ ਜਾਏਗਾ? ਸਾਰੀ ਜ਼ਿੰਦਗੀ ਜੰਗੋ ਜਗਲ ਵਿੱਚ ਲੰਘ ਗਈ ਮੁਹੰਮਦ ਸਾਹਿਬ ਦੀ, ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਵਿੱਚ ਲੰਘ ਗਈ। ਅਲਾ ਯਾਰ ਖਾਂ ਜੋਗੀ ਲਿਖਦੇ ਨੇ, ਆਧਾਰ ਨੇ ਕਭੀ ਤੁਝ ਕੋ ਸੰਭਲ ਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲ ਨੇ ਨਾ ਦਿਆ ਥਾ। ਇਹ ਕਲਗੀਧਰ ਪਾਸ਼ਾ, ਤੁਸੀਂ ਤੇ ਇੱਕ ਰਾਤ ਵੀ ਆਰਾਮ ਦੀ ਨੀਂਦ ਨਹੀਂ ਸੌ ਸਕੇ। ਕਾਂਟਾ ਦਿਲੇ ਪੁਰਖੋਂ ਸੇ ਨਿਕਲ ਨੇ ਨਾ ਦਿਆ ਥਾ, ਤੁਸੀਂ ਤੇ ਹਰ ਵਕਤ ਸੰਘਰਸ਼ ਵਿੱਚ ਰਹੇ, ਬਜ ਦੌੜ ਵਿੱਚ ਰਹੇ, ਕਦੀ ਇੱਧਰ ਕਦੀ ਉੱਧਰ ਅਦਾਵਤਾਂ। ਬਾਈ ਧਾਰ ਦੇ ਰਾਜਿਆਂ ਦੀ ਅਦਾਵਤ, ਵਕਤ ਦੀ ਹਕੂਮਤ ਔਰੰਗਜ਼ੇਬ ਦੀ ਅਦਾਵਤ, ਸੋਡੀਆਂ ਦੀ ਅਦਾਵਤ, ਮਸੰਦਾਂ ਦੀ ਅਦਾਵਤ, ਤੀਰਮਲ ਦੀ ਅਦਾਵਤ, ਚਾਰੋਂ ਪਾਸੇ ਅਦਾਵਤ ਹੀ ਅਦਾਵਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ, ਬਿਹਾਰ ਆਸਾਮ ਮਹਾਰਾਸ਼ਟਰ ਗੁਜਰਾਤ ਸਭ ਲਪੇਟ ਦੇ ਚ ਆ ਗਿਆ। ਤੋ ਗੁਰਬਾਣੀ ਦੇ ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤੇ ਚਾਹੀਦੇ ਨੇ। ਧੀਰਮਲ ਕੋਲ ਮੰਗ ਕੀਤੀ ਤਾਂ ਕਿ ਇਸ ਦੇ ਉਤਾਰੇ ਕਰਵਾਈ ਗਏ, ਤੇ ਉਹ ਬੀੜ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੀ। ਪਤਾ ਧੀਰਮਲ ਨੇ ਕੀ ਆਖਿਆ? ਜੇ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤੁਸੀਂ ਤਾਂ ਖੁਦ ਉਚਾਰਨ ਕਰ ਲਓ, ਮੈਂ ਨਹੀਂ ਦੇਣੇ। ਤੇ ਜੇ ਸੂਰਬੀਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲਓ, ਜੇ ਤੁਸੀਂ ਸੂਰਬੀਰ ਹੋ ਤਾਂ ਯੁੱਧ ਕਰਕੇ ਵੇਖ ਲਓ, ਜੰਗ ਕਰਕੇ ਵੇਖ ਲਓ, ਤੇ ਜੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤਾਂ ਖੁਦ ਉਚਾਰਨ ਕਰ ਲਓ, ਮੈਂ ਨਹੀਂ ਦੇਣੇ। ਦੋਹਾਂ ਦੇ ਜਿਹੜਾ ਰਸਤਾ ਚੁਣਨਾ ਨੇ ਚੁਣ ਲਓ, ਮੈਂ ਕਿਸੇ ਕੀਮਤ ਤੇ ਵੀ ਨਹੀਂ ਦੇਣੀ। ਯੁੱਧ ਕਰਨਾ ਤਾਂ ਯੁੱਧ ਕਰਕੇ ਵੇਖ ਲਓ, ਜੰਗ ਕਰਕੇ ਵੇਖ ਲਓ। ਧੀਰਮਲ ਕੋਲ ਵੀ ਫੌਜ ਸੀ ਔਰ ਲੜਾਕ ਬਿਰਤੀ ਉਸਦੀ ਹੈ ਹੀ ਸੀ। ਸਤਿਗੁਰ ਨੇ ਮੁਨਾਸਬ ਨਹੀਂ ਸਮਝਿਆ ਧੀਰਮਲ ਨਾਲ ਯੁੱਧ ਕਰਨਾ, ਵਰਨਾ ਬੜੇ ਬੜੇ ਯੁੱਧ ਹੋਏ ਨੇ ਪਰ ਧੀਰਮਲ ਨਾਲ ਯੁੱਧ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਨਾਸਬ ਨਹੀਂ ਸਮਝਿਆ। ਦਮਦਮਾ ਸਾਹਿਬ ਵਿੱਚ ਬੈਠੇ ਨੇ ਮੌਜ ਵਿੱਚ, ਕਾਗਜ਼ ਮੰਗਵਾਏ, ਕਲਮ ਆਪਣੇ ਹੱਥੋਂ ਦਿੱਤੀ ਮਨੀ ਸਿੰਘ ਨੂੰ, ਆਖਿਆ ਸਤਿਗੁਰ ਦੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਤਿਆਰ ਕਰਨੇ ਨੇ, ਸਿੱਖੀ ਦਾ ਦਾਇਰਾ ਵੱਧ ਗਿਆ, ਬਾਣੀ ਦਾ ਪਾਠ ਥਾਂ ਥਾਂ ਤੇ ਹੋਵੇ, ਗੁਰਬਾਣੀ ਦੇ ਸਰੂਪ ਦੇ ਦਰਸ਼ਨ ਥਾਂ ਥਾਂ ਤੇ ਹੋਣ। ਕਹਿੰਦੇ ਨੇ ਤਿੰਨ ਮਹੀਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਗਏ,
ਭਾਈ ਮਨੀ ਸਿੰਘ ਲਿਖਦੇ ਨੇ ਵੀ ਪਹਿਲੀ ਬੀੜ ਜੋ ਕਰਤਾਰਪੁਰ ਦੀ ਅੱਜ ਕੱਲ੍ਹ ਜੋ ਰਾਮਸਰ ਵਿੱਚ ਲਿਖੀ ਗਈ ਅਤੇ ਕਰਤਾਰਪੁਰ ਵਿੱਚ ਮੌਜੂਦ ਹੈ ਧੀਰ ਮੱਲੀਆਂ ਦੇ ਕੋਲ, ਇਹਦੀ ਲਿਖਾਰੀ ਭਾਈ ਗੁਰਦਾਸ ਜੀ ਸਨ, ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ। ਇਹ ਜਿਹੜੀ ਬੀੜ ਪ੍ਰਕਾਸ਼ਮਾਨ ਹੈ ਸਾਰੀ ਦੁਨੀਆ 'ਚ, ਇਹਦੇ ਉਚਾਰਨ ਕਰਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਲਿਖਾਰੀ ਭਾਈ ਮਨੀ ਸਿੰਘ ਨੇ, ਲਿਖਣ ਵਾਲੇ ਭਾਈ ਮਨੀ ਸਿੰਘ ਨੇ। ਕਰਤਾਰਪੁਰ ਦੀ ਬੀੜ ਤੇ ਇਸ ਬੀੜ ਵਿੱਚ ਬਸ ਥੋੜਾ ਜਿਹਾ ਅੰਤਰ ਹੈ। ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੇ, ਇਹਦੇ 'ਚ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜਾਈ ਹੈ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਕਦੀ ਮੌਕਾ ਮਿਲੇ ਤੇ ਦਰਸ਼ਨ ਵੀ ਕਰ ਸਕਦੇ ਹੋ ਕਰਤਾਰਪੁਰ ਜਾ ਕੇ। ਜਿੱਥੇ ਜਿੱਥੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੇਖਦੇ ਹੋ ਨਾ ਹੁਣ, ਇੱਥੇ ਇੱਥੇ ਉੱਥੇ ਪੰਨੇ ਖਾਲੀ ਨੇ ਉਸ ਬੀੜ ਦੇ 'ਚ, ਕਰਤਾਰਪੁਰ ਦੀ ਬੀੜ ਦੇ 'ਚ ਉਹ ਪਤਰੇ ਖਾਲੀ ਪਏ ਨੇ, ਉਹ ਜਗ੍ਹਾ ਖਾਲੀ ਪਈ ਹੈ। ਦੋ ਦੋ ਪੰਨੇ, ਇੱਕ ਇੱਕ ਪੰਨਾ ਖਾਲੀ ਪਿਆ, ਕਿਉਂਕਿ ਇਤਨੀ ਇਤਨੀ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ, ਇਹ ਪੰਨੇ ਖਾਲੀ ਪਏ ਨੇ। ਹੁਣ ਤੇ ਬਹੁਤ ਕਠਿਨਾਈ ਨਾਲ ਦਰਸ਼ਨ ਕਰਾਉਂਦੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮੰਗ ਕਰ ਲਈ ਸੀ ਵੀ ਤੋਸ਼ੇਖਾਨੇ 'ਚ ਰੱਖੀਏ, ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਨਹੀਂ ਦਿੱਤੇ ਉਹਨਾਂ ਨੇ, ਉਦੋਂ ਕਲਗੀਧਰ ਨੂੰ ਨਹੀਂ ਦਿੱਤੀ ਅਤੇ ਹੁਣ ਪੰਥ ਨੂੰ ਕੀ ਦੇਣਗੇ, ਇਹ ਵੀ ਮਹਿਰਸ ਕਰਦੇ ਹਾਂ। ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੰਗਦੇ ਰਹਿ ਗਏ, ਨਹੀਂ ਦਿੱਤੀ, ਅਤੇ ਹੁਣ ਪੰਥ ਮੰਗਦਾ ਰਹਿ ਗਿਆ, ਨਹੀਂ ਦਿੱਤੀ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਮਨੀ ਸਿੰਘ ਨੇ ਇੱਥੇ ਸ਼ੱਕ ਕੀਤਾ, ਮਹਾਰਾਜ ਬੋਲ ਤੇ ਤੁਹਾਡੇ ਵੀ ਨੇ, ਬਚਨ ਅੰਮ੍ਰਿਤਮਈ ਤੇ ਤੁਹਾਡੇ ਵੀ ਨੇ, ਬੀੜ ਤੁਸੀਂ ਸੰਪੂਰਨ ਕਰਾ ਲਈ ਆਪਣੀ ਬਾਣੀ। ਨਹੀਂ ਮਨੀ ਸਿੰਘ, ਅਸੀਂ ਜੋ ਲਿਖਾਇਆ ਉਹਦੇ 'ਚ ਇਤਿਹਾਸ ਹੈ, 24 ਅਵਤਾਰਾਂ ਦਾ ਇਤਿਹਾਸ ਹੈ, ਸਤਿਗੁਰ ਦਾ ਆਪਣਾ ਇਤਿਹਾਸ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਧਤ ਜੈ ਬੇਦਮੋਯਾਨੋ। ਮਨੀ ਸਿੰਘ, ਅਸੀਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ, ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੀ ਕਥਾ। ਇਸ ਪਰਪੰਚ ਮੇਂ ਸਾਚੇ ਨਾਮ ਕੀ ਵਡਾਈ, ਮਤ ਕੋ ਧਰੋ ਗਵਾਨਾ। ਕਿਸੇ ਗੁਰੂ ਦਾ ਇਤਿਹਾਸ ਨਹੀਂ ਹੈ, ਕਿਸੇ ਪਾਤਸ਼ਾਹੀ ਦਾ ਇਤਿਹਾਸ ਨਹੀਂ। ਗੁਰੂ ਨਾਨਕ ਕਿੱਥੇ ਪ੍ਰਗਟ ਹੋਏ, ਕਦੋਂ ਪ੍ਰਗਟ ਹੋਏ, ਉਹਨਾਂ ਦੇ ਮਾਂ ਬਾਪ ਕੌਣ ਸਨ, ਪਤਨੀ ਦਾ ਕੀ ਨਾਂ ਸੀ, ਬੱਚੇ ਕਿਤਨੇ ਸਨ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਕਦੋਂ ਜੋਤੀ ਜੋਤ ਸਮਾਏ, ਨਹੀਂ ਹੈ। ਇਤਿਹਾਸ ਨਹੀਂ ਹੈ, ਨਿਰੋਲ ਬ੍ਰਹਮ ਗਿਆਨ ਹੈ, ਨਿਰੋਲ ਪਰਮਾਤਮਾ ਦਾ ਗਿਆਨ। ਖੈਰ ਇਵੇਂ ਵਿਚਕਾਰ ਗੱਲ ਆ ਗਈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੂਰਜ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ, ਉੱਲੂ ਨੂੰ ਚਾਨਣਾ ਨਹੀਂ ਮਿਲਦਾ, ਗੁੱਗੂ ਨੂੰ ਚਾਨਣਾ ਨਹੀਂ ਮਿਲਦਾ, ਪੰਛੀਆਂ ਵਿੱਚ ਕੋਈ ਘੱਟ ਗੁੱਗੂ ਥੋੜੇ ਨੇ ਜੋ ਗੁੱਗੂ ਨੇ, ਮਨੁੱਖੀ ਦੁਨੀਆਂ 'ਚ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਗੁਰ ਸ਼ਬਦ ਦੇ ਚਾਨਣੇ ਵਿੱਚ ਕੁਝ ਦਿਖਾਈ ਦੇਵੇ, ਗੁਰਬਾਣੀ ਦੀ ਰੋਸ਼ਨੀ 'ਚ ਕੁਝ ਦਿਖਾਈ ਦੇਵੇ, ਇਤਨੀ ਸੂਝਬੂਝੀ ਕੋਈ ਨਹੀਂ। ਮਨ ਰੇ ਸੰਸਾਰ ਅੰਧ ਗਏਰਾ, ਇੱਕ ਤੇ ਮਨੁੱਖ ਦੁਨੀਆਂ 'ਚ ਅੰਧੇਰਾ ਹੈ, ਅਚੇਤ ਹੈ, ਦੂਸਰਾ ਅੰਧ ਹੈ, ਆਪਣਾ ਅਚੇਤਪਣਾ ਦੇਖ ਸਕੇ, ਇਤਨਾ ਬੋਧ ਵੀ ਕੋਈ ਨਹੀਂ। ਅਸੰਖ ਮੂਰਖ ਅੰਧ ਗੌਰ, ਕੋਸ਼ਿਸ਼ ਤੇ ਮੇਰੀ ਸੀ ਇਸ ਪੌੜੀ ਦੇ ਪੂਰੇ ਅਰਥ ਮੈਂ ਤੁਹਾਡੇ ਸਾਹਮਣੇ ਕਰਦਾ, ਕੱਲ ਕਰਾਂਗੇ ਤੇ ਤੁਹਾਨੂੰ ਹੁਣ ਲੇਟ ਵੀ ਨਾ ਕਰੀਏ। ਅਸੰਖ ਮੂਰਖ ਅੰਧ ਗੌਰ, ਅੰਧੇਰੇ ਦਾ ਜੀਵਨ, ਉਹ ਚਾਨੇ ਦਾ ਜੀਵਨ ਸੀ। ਅਸੰਖ ਜਪ, ਅਸੰਖ ਭਾਵ,
ਔਰ ਇਸ ਚੱਕਰ ਚ ਨਾ ਪੈਣਾ, ਗੋਗੋ ਹੀ ਅੰਧੇਰੇ ਚ ਆਉਂਦੇ ਨੇ, ਬਹੁਤੇ ਮਨੁੱਖ ਅੰਧੇਰੇ ਚ ਨੇ, ਕਲੱਬ ਨਾਲ ਤਾਲਮੇਲ ਬੈਠ ਸਕਦਾ ਹੈ, ਗੁਰਦੁਆਰੇ ਨਾਲ ਨਹੀਂ, ਸ਼ਰਾਬਖਾਨਿਆਂ ਨਾਲ ਤਾਲਮੇਲ ਬੈਠ ਸਕਦਾ ਹੈ, ਅੰਮ੍ਰਿਤ ਦੇ ਸੋਮਿਆਂ ਨਾਲ ਨਹੀਂ, ਜੂਏ ਖਾਨਿਆਂ ਨਾਲ ਵੈਸ਼ਿਆਲਿਆਂ ਨਾਲ ਸੰਬੰਧ ਜੁੜ ਸਕਦਾ ਹੈ, ਗੁਰਦੁਆਰਿਆਂ ਨਾਲ ਨਹੀਂ, ਮੰਦਰਾਂ ਨਾਲ ਨਹੀਂ। ਅਕਸਰ ਪ੍ਰਭਾਤ ਦੇ ਸਮੇਂ ਦਰਵਾਜ਼ੇ ਖੁੱਲ੍ਹਦੇ ਨੇ ਭਾਰਤ ਵਿੱਚ ਮੰਦਰਾਂ ਦੇ, ਗੁਰਦੁਆਰਿਆਂ ਦੇ, ਰਾਤ ਦੇ ਸਮੇਂ ਦਰਵਾਜ਼ੇ ਖੁੱਲ੍ਹਦੇ ਨੇ ਸ਼ਰਾਬਖਾਨਿਆਂ ਦੇ, ਵੈਸ਼ਿਆਲਿਆਂ ਦੇ। ਜਦ ਮੈਨੂੰ ਲੋਸ ਏਂਜਲਿਸ ਦੇ ਚੋਂ ਸਿੰਘ ਕਹਿਣ ਲੱਗਾ, ਗੈਨੀ ਜੀ ਤੁਹਾਨੂੰ ਰਾਤ ਦੀ ਜ਼ਿੰਦਗੀ ਦਿਖਾਈ ਹੈ, ਮੈਂ ਕਿਹਾ ਤੂੰ ਦੇਖਦਾ ਉਹਨਾਂ? ਕਹਿੰਦਾ ਹਾਂ। ਤੇ ਮੈਂ ਕਿਹਾ ਮੈਂ ਅੱਜ ਕਥਾ ਹੀ ਤੇ ਸੁਣਾਈ ਹੈ, ਰਾਤ ਦੀ ਜ਼ਿੰਦਗੀ ਤੇ ਉੱਲੂਆਂ ਦੀ ਆਉਂਦੀ ਹੈ, ਉੱਲੂ ਮੈਨੂੰ ਬਣਾਉਣਾ ਹੀ ਤੇ ਲੈ ਜਾ। ਕਹਿੰਦੇ ਗੈਨੀ ਜੀ ਤੁਸੀਂ ਤੇ ਪਰੋਕਸ਼ ਰੂਪ ਵਿੱਚ ਮੈਨੂੰ ਉੱਲੂ ਆਖਿਆ, ਪਰੋਕਸ਼ ਕਹਿੰਦੇ ਨੇ ਜਿਵੇਂ ਬੈਕਗ੍ਰਾਉਂਡ ਦੇ ਪਿੱਛੇ ਖੜੇ ਹੋ, ਸੰਸਕ੍ਰਿਤ ਦੇ ਸ਼ਬਦ ਹੈ ਪਰੋਕਸ਼, ਪਿੱਛੇ ਛੁਪ ਕੇ। ਤੁਸੀਂ ਤੇ ਮੈਨੂੰ ਉੱਲੂ ਕਹਿ ਦਿੱਤਾ, ਮੈਂ ਕਿਹਾ ਤੁਸੀਂ ਮੈਨੂੰ ਉੱਲੂ ਬਣਾਉਂਦੇ ਸੀ, ਮੈਂ ਕੀ ਕਰਾਂ ਫਿਰ, ਤੁਸੀਂ ਇਸ ਤਰ੍ਹਾਂ ਕਹਿ ਰਹੇ ਸੀ। ਲਾਸ ਵੇਗਾਸ ਏਅਰਪੋਰਟ ਦੇ ਉੱਤੇ ਪਲੇਨ ਬਦਲਣਾ ਸੀ, ਮੈਨੂੰ ਯਾਦ ਹੈ ਇੱਥੋਂ ਹੀ ਗਿਆ ਸੀ ਮੈਂ ਲੋਸ ਏਂਜਲਿਸ, ਇੱਥੋਂ ਏਅਰਪੋਰਟ ਤੇ ਵੀ ਜੂਆ ਚੱਲ ਰਿਹਾ, ਹੱਦ ਹੋ ਗਈ, ਸਾਰਾ ਸ਼ਹਿਰ ਤੇ ਜੁਆਰੀਆਂ ਦਾ ਹੈ ਵੀ ਚਲੋ ਏਅਰਪੋਰਟ ਤੋਂ ਬਾਹਰ ਨਿਕਲ ਕੇ ਖੇਡ ਲਿਆ, ਉੱਥੇ ਵੀ ਖੇਡਦੇ ਨੇ, ਉੱਥੇ ਬੈਠਿਆਂ ਬੈਠਿਆਂ ਵੀ ਜੂਆ ਚੱਲ ਰਿਹਾ। ਰਾਤ ਦੀ ਜ਼ਿੰਦਗੀ, ਜੂਏ ਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ, ਵੈਸ਼ਾਲਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ, ਸ਼ਰਾਬਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ, ਥੀਏਟਰਾਂ ਤੇ ਕਲੱਬਾਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ। ਜਿਨ੍ਹਾਂ ਦੀ ਜ਼ਿੰਦਗੀ ਰਾਤ ਵਰਗੀ ਹੈ ਉਹਨਾਂ ਦਾ ਉੱਥੇ ਤਾਲਮੇਲ ਬੈਠਦਾ, ਉੱਥੇ ਤਾਲਮੇਲ ਬੈਠਦਾ, ਉੱਥੇ ਦਿਖਾਈ ਦਿੰਦਾ। ਗੁਰਦੁਆਰੇ ਤੇ ਸ਼ਾਇਦ ਇਹਨਾਂ ਦੀ ਅੱਖਾਂ ਬੰਦ ਹੋ ਜਾਣਗੀਆਂ, ਕੁਛ ਨਹੀਂ ਦਿਖਾਈ ਦੇ, ਕੁਛ ਨਹੀਂ ਦਿਖਾਈ ਦੇ, ਕੁਛ ਵੀ ਨਹੀਂ ਦਿਖਾਈ ਦੇਗਾ। ਉਹਨਾਂ ਬਾਰੇ ਮੇਰੇ ਪਾਤਸ਼ਾਹ ਇਹ ਪੌੜੀ ਉਚਾਰਨ ਕਰਦੇ ਨੇ, ਇੱਕ ਚਾਨਣ ਪੱਖ, ਇੱਕ ਹਨੇਰਾ ਪੱਖ, ਇੱਕ ਦਿਨ ਦੀ ਜ਼ਿੰਦਗੀ, ਇੱਕ ਰਾਤ ਦੀ ਜ਼ਿੰਦਗੀ। ਉਹ ਜੋ ਰਾਤ ਦੀ ਜ਼ਿੰਦਗੀ ਹੈ ਜਿਸ ਦਾ ਖੁਲਾਸਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ 18ਵੀਂ ਪੌੜੀ 'ਚ ਕਰਨਗੇ, ਕੱਲ੍ਹ ਆਪ ਜੀ ਦੇ ਸਾਹਮਣੇ ਰੱਖਾਂਗੇ। ਇੱਥੇ ਸਮਾਪਤੀ, ਬੱਚੀ ਨੇ ਇੱਕ ਸ਼ਬਦ ਪੜ੍ਹਨਾ, ਨਾਲੇ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਬੁੱਲ ਚੁੱਕ ਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। Thank you.
ਹੋਣਾ।